ਬੇ ਬਿਸਮਿਲ੍ਲਾ ਇਸਮ ਅੱਲਾਹ ਦਾ ਤੇ ਵੀ ਕਹਿਣਾ ਸ਼ਫਾਤ ਸਰਵਰ ਆਲਮ ਅਛ ਤੁਸੀਂ ਆਲਮ ਆ
ਜੋ ਹਰੀ ਮੇ ਖਾਸ ਮੇ ਨੂਰ ਥਾ ਵੋ ਸਾਹਿਬ ਕਾ ਨੇ ਯਾ ਮੁਹੰਮਦ ਸਾਹਿਬ ਕਾ ਨੇ ਸਾਹਿਬ ਤਾਜ ਵਲ ਮੇਰਾਜ ਵਲ ਬੁਰਾ ਕੇਵਲ ਲਲਮ ਕਾਫਿਲ ਬਲਾਏ ਵਲ ਵਬਾਏ ਵਲ ਕਹਦ ਵਲ ਮਰਦ ਵਲ ਲਲਮ ਇਸਮਹੁ ਮਕਤੂਬ ਮਰਫੂਨ ਮਸਫੂਨ ਮਨ ਪੋਸ਼ਮ ਫਿਲ ਲੋਹ ਵਲ ਕਲਮ ਸੈਯਦ ਲੈਲ ਮੇ ਵਲ ਲਲਮ ਸੈਯਦਾ ਤਾਹਿਰਾ ਮੁਤਾਹਿਰਾ ਸੈਯਦਾ ਤਾਹਿਰਾ ਮੁਤਾਹਿਰਾ ਸਿੱਦੀਕਾ ਕੁਬਰਾ ਮੁਅਜ਼ਮਾ ਮਾਸੂਮਾ ਰਜ਼ੀਆ ਜ਼ਕੀਆ ਆਰਿਫਾ ਆਬਿਦਾ ਸਾਜਿਦਾ ਆਲਿਮਾ ਮੁਅਜ਼ਮਾ ਜਿੰਨਾ ਸੋਹਣਾ ਜ਼ਮਾਨੇ ਤੇ ਹੈ ਮੁਸਤਫਾ ਇੰਨਾ ਸੋਹਣਾ ਕੋਈ ਹੋਰ ਆਇਆ ਹੀ ਨਹੀਂ ਇਹਦੇ ਵਿੱਚ ਕੀ ਹਕੀਕਤ ਹੈ ਰੱਬ ਜਾਣਦਾ ਦੂਜਾ ਬਣਿਆ ਹੀ ਨਹੀਂ ਕਿ ਬਣਾਇਆ ਹੀ ਨਹੀਂ ਸਾਰੀ ਦੁਨੀਆ ਬਣਾਈ ਮੁਹੰਮਦ ਲਈ ਲਾਲ ਨਹੀਂ ਜਾਂਦੇ ਸਾਰੀ ਸਵਾਰੀ ਗਈ ਕਰ ਸਾਰੇ
الله وملائكته يصلون على النبي يا أيها الذين آمنوا صلوا عليه وسلموا تسليما جمن مرن تو پاک رب ساڈا جمن مرن تو پاک رب ساڈا کھاندا پیندا نہ غیر کلام کردا دیندا روزی رکھدا نہیں روزے دیندا روزی رکھدا نہیں روزے نہ نماز پیشی صبح شام پڑھدا ایک وظیفہ رل کے نال ساڈے ਅੱਲਾ ਜੀ ਦਰੂਦ ਵੀ ਪੜ੍ਹਦੇ ਨੇ ਅਤੇ ਨਾਲ ਕੁਝ ਹੋਰ ਵੀ ਕਰਦੇ ਨੇ ਜੋ ਨਾਲ ਕਰਦੇ ਨੇ ਨਾ ਉਹਨੂੰ ਆਉਂਦੇ ਨੇ ਮਿੱਠਾ ਮਿੱਠਾ ਇੰਝ ਕਰਕੇ ਇਹਨੂੰ ਵੀ ਆਖੀਦਾ ਸਲਾਮ ਹੁਣ ਮੈਂ ਸਲਾਮ ਵਾਲੀ ਆਇਤ ਪੇਸ਼ ਕਰ ਰਿਹਾ ਕੁਰਾਨ ਮਜੀਦ 'ਚੋਂ ਅੱਲਾ ਜੀ ਫਰਮਾਉਂਦੇ ਨੇ ਉਲਾਇਕਾ ਅਲੈਹਿਮ ਸਲਵਾਤੁਮ ਮਿਨ ਰੱਬਿਹਿਮ ਵਰਹਮਾ ਵਾਉਲਾਇਕਾ ਹੁਮੁਲ ਮੁਹਤਦੂਨ ਅੱਲਾ ਫਰਮਾਉਂਦਾ ਮੇਰੇ ਦਰੂਦ ਮੇਰੀਆਂ ਰਹਿਮਤਾਂ ਅਤੇ ਮੇਰੇ ਸਲਾਮ ਉਹਨਾਂ ਦੇ ਜਿਹੜੇ ਹਿਦਾਇਤ ਕਰਦੇ ਨੇ ਆਰੇ
ਦਰੂਦ ਪੜ੍ਹਦੇ ਨੇ ਅਤੇ ਨਾਲੇ ਪੜ੍ਹਾਉਂਦੇ ਨੇ। ਅੱਲਾ ਜੀ ਦਰੂਦ ਪੜ੍ਹਦੇ ਵੀ ਨੇ ਅਤੇ ਨਾਲੇ ਮਸ਼ਵਰਾ ਦਿੰਦੇ ਨੇ। ਅੱਲਾ ਜੀ ਦਰੂਦ ਪੜ੍ਹਦੇ ਵੀ ਨੇ ਅਤੇ ਮਸ਼ਵਰਾ ਵੀ ਦਿੰਦੇ ਨੇ ਅਤੇ ਮਸ਼ਵਰਾ ਜਿਹੜੇ ਦਿੰਦੇ ਨੇ ਉਹ ਮੈਂ ਸੁਣਾਉਣ ਲੱਗਾ। ਅੱਲਾ ਜੀ ਫਰਮਾਉਂਦੇ ਨੇ ਨਾ ਦਿਲ ਮੇ ਬੋਝ ਰਹੇਗਾ ਨਾ ਇਮਤਿਹਾਨ ਮੇ ਜਾਨ ਹਜ਼ੂਰ, ਨਾ ਦਿਲ ਮੇ ਬੋਝ ਰਹੇਗਾ ਨਾ ਇਮਤਿਹਾਨ ਮੇ ਜਾਨ, ਦਰੂਦ ਪੜ੍ਹਦੇ ਰਹੋ ਜਬ ਤਲਕ ਹੈ ਜਾਨ ਮੇ ਜਾਨ। ਜਮੀਲ ਸ਼ਿਅਮ ਸਫੀਅ ਨੁਮਮ ਸਾਹਿਬ ਜੂਦ ਵਲ ਕਰਮ ਵੱਲਾਹੋ ਆਸਮਹੋ ਜਿਬਰੀਲੋ ਜਿਬਰੀਲੋ ਖਾਦਮਹੋ ਜਿਬਰੀਲੋ ਖਾਦਮਹੋ ਜਿਬਰੀਲੋ ਖਾਦਮਹੋ ਜਿਬਰੀਲੋ ਖਾਦਮਹੋ ਬਲਬੁਰਾ ਕੁਮਰ ਕਮਹੂ ਵਲ ਮਿਰਾਜ ਸੁਮਰਹੂ ਵਸਗਲਤ ਉਮਤਾ ਮਕਾਮਹੂ ਵਕਾ ਬਕੋ ਸੈਨ ਮਤਲੂਬ ਹੂ ਵਲ ਮਤਲੂਬ ਮਕਸੂਦ ਹੂ ਵਲ ਮਕਸੂਦ ਮੌਜੂਦ ਹੂ ਵਲ ਮਕਸੂਦ ਮੌਜੂਦ ਹੂ ਮੌਜੂਦ ਹੂ ਮੌਜੂਦ ਹੂ ਮੁਹੰਮਦ ਮੌਜੂਦ ਹੂ ਨਬੀ ਅਲੈਹ ਸਲਾਮ ਨੇ ਫਰਮਾਇਆ ਜਿਬਰੀਲ ਨਬੀ ਅਲੈਹ ਸਲਾਮ ਨੇ ਫਰਮਾਇਆ ਜਿਬਰੀਲ ਲਓ ਜੀ ਮੇਰਾ ਫਿਕਰਾ ਬੜਾ ਕਾਬਲੇ ਗੌਰ। ਨਬੀ ਅਲੈਹ ਸਲਾਮ ਨੇ ਫਰਮਾਇਆ ਜਿਬਰੀਲ ਬੇਟੇ ਆਪਣੇ ਸਾਇੰਸਦਾਨਾਂ ਬੋਲੋ ਕਿਉਂਕਿ ਹਲਕਾ ਬੋਲੋ ਉਹ ਨਾ ਬੋਲੋ ਸਾਨੂੰ ਨਾ ਸੁਣਿਆ ਜਾਏ। ਮੌਜੂਦ ਮੌਜੂਦ ਮੁਹੰਮਦ ਮੌਜੂਦ ਮੁਹੰਮਦ ਮੌਜੂਦ ਮੁਹੰਮਦ ਮੌਜੂਦ ਮੁਹੰਮਦ ਮੌਜੂਦ ਜਿਨ੍ਹਾਂ ਸ਼ੱਕ ਕੀਤਾ ਗੁਮਰਾਹ ਹੋ ਗਏ। ਮੁਹੰਮਦ ਮੌਜੂਦ ਮੁਹੰਮਦ ਮੌਜੂਦ ਮੁਹੰਮਦ ਮੌਜੂਦ। ਨਬੀ ਕਰੀਮ ਨੇ ਫਰਮਾਇਆ ਜਬਰੀਲ ਜਿਹੜੇ ਪਰਦੇ ਤੋਂ ਪੈਗਾਮ ਲੈ ਕੇ ਉਹਨੇ ਕਦੀ ਉਸ ਤੋਂ ਅੱਗੇ ਵੀ ਕੀ। ਹਜ਼ਰਤ ਜਬਰੀਲ ਨੇ ਅਰਜ਼ ਕੀਤੀ ਯਾ ਰਸੂਲ ਅੱਲਾ ਜੀ ਸੱਲੱਲਾਹੁ ਅਲੈਹਿ ਵਸੱਲਮ ਮੇਰੀ ਹੱਦ ਹੈ ਸਿਦਰਤੁਲ ਮੁਨਤਹਾ, ਅੱਗੇ ਜਾਵਾਂ ਤੇ ਨੂਰ ਏ ਵਹਾਦਤ ਤੇ ਮੈਨੂੰ ਮੇਰੇ ਬਰ ਸੜਨ ਦਾ ਖਤਰਾ ਹੈ। ਨਬੀ ਅਲੈਹਿ ਸਲਾਮ ਨੇ ਫਰਮਾਇਆ ਅੱਜ ਮੇਰਾ ਹੁਕਮ ਹੈ, ਅੱਗੋਂ ਵੀ ਹੋ ਆਵੇਂ ਤੈਨੂੰ ਕੁਝ ਨਹੀਂ ਹੁੰਦਾ। ਜਿਬਰੀਲ ਜਿਬਰੀਲ ਸੇ ਹਜ਼ਰਤ ਨੇ ਫਰਮਾਇਆ ਬਖੁਰਸੰਦੀ ਜਾ
ਜਾਦੇਕ ਬਸੇ ਪਰਦਾ ਹੈ ਕਿਸ ਕੀ ਹੁਨਰਮੰਦੀ, ਜਾਦੇਕ ਬਸੇ ਪਰਦਾ ਹੈ ਕਿਸ ਕੀ ਹੁਨਰਮੰਦੀ। ਪਰਦਾ ਸੇ ਮਿਲਤਾ ਥਾ ਪੈਗਾਮ ਖੁਦਾਵੰਦੀ, ਵੋ ਪਰਦਾ ਹਟਾ ਦੇਖਾ ਤਸਵੀਰੇ ਮੁਹੰਮਦ ਥੀ, ਹੈਰਾਨ ਹੋ ਕੇ ਪਰੇਸ਼ਾਨ ਹੋ ਕੇ ਜਿਬਰੀਲ ਕਹਿਣੇ ਲਗਾ, ਇਧਰ ਵੀ ਇਧਰ ਵੀ ਉਧਰ ਵੀ ਮੁਹੰਮਦ ਬਾਜੂ ਦਾ ਹੂ, 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 ਮੁਹੰਮਦ ਬਾਜੂ ਦਾ ਹੂ। ਅੱਜ ਦੀ ਮਹਿਫਲ ਜਿਹੜੀ ਹੋ ਰਹੀ ਹੈ, ਅੱਜ 6 ਤਾਰੀਖ ਹੈ, ਕਿਉਂਕਿ ਐਸਾ ਹੀ ਹੈ, ਅੱਜ ਤੋਂ ਬਾਅਦ ਕੋਈ ਇੱਥੇ ਪੈਦਾ ਹੋਵੇ, ਅੱਜ ਤੋਂ ਬਾਅਦ ਕੋਈ 3 ਮਹੀਨੇ ਇੱਥੇ ਜਿਹੜਾ ਪੈਦਾ ਹੋਵੇ ਉਹਨੂੰ ਆਖੀਏ ਉਹ ਜਿਹੜੀ 2018 'ਚ ਪਹਿਲੇ ਮਹੀਨੇ ਦੀ 6 ਤਾਰੀਖ ਨੂੰ ਮਹਿਫਲ ਹੋਈ ਸੀ, ਕਿਉਂਕਿ ਤੁਹਾਨੂੰ ਉਹਦਾ ਇਲਮ ਹੈ, ਉਹ ਆਖਣਗੇ ਮੈਂ ਤਾਂ ਉਦੋਂ ਹੀ ਸੀ ਨਾ, ਕਿਉਂ ਜੀ ਐਸਾ ਹੀ ਹੈ, ਅੱਜ ਤੋਂ ਬਾਅਦ ਕੋਈ 3 ਮਹੀਨੇ ਇੱਥੇ ਪੈਦਾ ਹੋਵੇ ਅਤੇ ਉਹ ਜਿਹੜੇ 3 ਮਹੀਨੇ ਅੱਜ ਤੋਂ ਬਾਅਦ ਪੈਦਾ ਹੋਣਾ ਉਹਨੂੰ ਆਖੀਏ ਉਹ ਜਿਹੜੀ ਮਹਿਫਲ ਹੋਈ ਸੀ ਪਹਿਲੇ ਮਹੀਨੇ 'ਚ ਉਹਦਾ ਤੁਹਾਨੂੰ ਇਲਮ ਹੈ, ਅਤੇ ਉਹ ਆਖਣਗੇ ਮੈਂ ਉਦੋਂ ਹੀ ਸਹੀ ਨਾ, ਕਿਉਂ ਜੀ ਐਸਾ ਹੀ ਹੈ। ਇਹ ਮੇਰਾ ਫਿਕਰਾ ਮੇਰੇ ਵੱਲੋਂ ਵੇਖ ਕੇ ਸੁਣ ਲਿਓ, ਜਦੋਂ ਖਾਨੇ ਕਾਬੇ ਤੋਂ ਉੱਤੇ ਹਾਥੀਆਂ ਦੀ ਫੌਜ ਨੇ ਹਮਲਾ ਕੀਤਾ ਉਦੋਂ ਹਾਲੇ ਜ਼ਾਹਰੀਅਤ ਵਿੱਚ ਮੁਹੰਮਦ ਮੁਸਤਫਾ ਦੀ ਆਮਦ ਕੋਲ ਨਹੀਂ ਸੀ ਹੋਈ, ਬਾਤਨ ਵਿੱਚ ਮੌਜੂਦ ਸਨ। ਅੱਲਾ ਸ਼ਹਾਦਤ ਦੇ ਰਿਹਾ ਕੁਰਾਨ ਮਜੀਦ, ਅੱਲਾ ਜੀ ਫਰਮਾਉਂਦੇ ਨੇ ਅਲਮ ਤਾਰਾ ਕਈ ਫਾ ਫਾਲਾ ਰੱਬੋ ਕਬੇ ਸਹਾਬਿਲ ਫੀਲ। ਹੁਣ ਤੇਰਾ ਮਾਨਾ ਸੁਣਨਾ ਤੇ ਵੀ ਜ਼ਿਹਨ 'ਚ ਰੱਖਣਾ ਕਿ ਆਮਦ ਨਹੀਂ ਹੋਈ, ਅੱਲਾ ਫਰਮਾ ਰਹੇ ਕਿਆ ਮਹਿਬੂਬ ਕਿਆ ਮਹਿਬੂਬ ਵੋ ਤੁਮਨੇ ਦੇਖਾ ਨਹੀਂ ਕਿ ਮੈਨੇ ਹਾਥੀ ਵਾਲੋਂ ਕੇ ਸਾਥ ਕਿਆ ਸਲੂਕ ਕੀਆ। ਇਹ ਤੇ ਉਹਨੂੰ ਆਖੀਦੇ ਨਾ ਤੁਮਨੇ ਦੇਖਾ ਨਹੀਂ ਜਿਹੜਾ ਕਰ ਗੌਰ ਜ਼ਰਾ ਦਿਲ ਮੇਂ ਕੁਛ ਜਲਵਾ ਕਰੀ ਹੋਗੀ, ਕਰ ਗੌਰ ਜ਼ਰਾ ਦਿਲ ਮੇਂ ਕੁਛ ਜਲਵਾ ਕਰੀ ਹੋਗੀ, ਯੇ ਸ਼ੀਸ਼ਾ ਨਹੀਂ ਖਾਲੀ
ਮੈਂ ਫੋਲਾ ਜਿਹੜੀ ਕਿਤਾਬ ਨੂੰ ਮੈਂ ਜਿਹੜੇ ਹੀ ਸਬਕ ਬਣਾ ਮੈਂ ਫੋਲਾ ਜਿਹੜੀ ਕਿਤਾਬ ਨੂੰ ਮੁਹੰਮਦ ਮੌਜੂਦ ਮਕਾਨੋ ਲਾ ਮਕਾਨ ਅੰਦਰ ਨਿਸ਼ਾਨੋ ਬੇ ਨਿਸ਼ਾਨ ਅੰਦਰ ਹਸਤੀ ਕੀ ਦੁਕਾਨ ਅੰਦਰ ਜ਼ੁਬਾਨੇ ਮੁਸਲਮਾਨ ਮਕਸੂਦ ਮੌਜੂਦ ਹੂ ਸੈਦ ਅਲ ਮੁਰਸਲੀਨ ਵਖਾਤਮ ਅਲ ਨਬੀਨ ਸ਼ਫੀ ਅਲ ਮੁਜ਼ਨਬੀਨ ਅਨੀਸ ਅਲ ਗਰੀਬੀਨ ਰਹਿਮਤ ਅਲ ਲਿਲ ਆਲਮੀਨ ਰਾਦ ਅਲ ਲਾਜ਼ਕੀਨ ਮੁਰਾਦ ਅਲ ਮੁਸਤਕੀਨ ਸ਼ਮਸ ਅਲ ਆਰਫੀਨ ਸਿਰਾਜ ਅਲ ਸਾਲਕੀਨ ਮੁਕਰਬੀਨ ਮੁਹਿਬ ਅਲ ਫੁਕਰਾ ਵਲ ਗੁਰਬਾ ਵਲ ਮਸਾਕੀਨ ਸੈਦ ਅਲ ਸਕਲੈਨ ਨਬੀ ਅਲ ਹਰਮੈਨ
ابنانا وابناكم ابنانا وابناكم جد الحسن والحسين آج میں پڑھ رہا ہوں قرآن پاک دی ابنانا وابناكم جد الحسن والحسين جد الحسن والحسين جد الحسن والحسين مولانا و مولى ثقلين ابي القاسم محمد رسول الله ابي القاسم محمد ابن عبد الله نورا من نور الله نورا من نور الله نورا من نور الله عشق رسول ديواني ਮੁਕੱਦਰ ਤੇ ਡੁੱਬ ਜਾਣਾ ਭਾਵੇਂ ਕਸ਼ਤੀ ਭਾਵੇਂ ਕਿਨਾਰੇ ਤੇ ਰਹੋ ਜੰਨਤ ਜਾਣੇ ਪੁੱਛ ਲੈ ਪਤਾ ਸਾਥੋਂ ਐਵੇਂ ਬੈਠਾ ਨੇ ਕਿਸੇ ਦੇ ਲਾਰੇ ਤੇ ਰਹੋ ਸਿੱਧੇ ਨਬੀ ਅਲੈਹਿ ਸਲਾਤੁ ਵਸਲਾਮ ਨੂੰ ਮੱਕੇ ਦੇ ਮੁਸ਼ਰਕਾਂ ਘੇਰਾ ਪਾ ਲਿਆ
اللہ فرمایا محبوب جی ہجرت کر لو نبی علیہ السلام نے فرمایا اج میرے بستر سے حملہ ہونے کا خطرہ ہے تے میرے بستر سے کون سوے گا تے جدو پہلے دس دئیے خطرہ ہے تے پھر کون سوے گا نبی کریم دے عاشقاں دے جوڑیاں تو صدقے جائیے مولا کائنات اٹھے انہوں نے عرض کی تھی یا رسول اللہ جی صلی اللہ علیہ وآلہ وسلم میری جان تہاڈی نالیاں تو صدقے مولا دے بستر دے مولا ہی سوتے رات نو مشرک آ گئے ایک کہندے اے تے مصطفیٰ ہی سوتے لگدے نے تے دوسرا آندا ہاں جڑا انہاں دی پیشانی چوں نور نکلدا ہے وہی نور نکل رہا ہے اینی دیر نو حیدر قرار دے چہرے تو حجاب ہٹیا تے میرے مولا فرما دے نے مینوں غور نہ ویکھ لو کی میں جب کی نال محمد دا میں جب کی نال محمد دا نبی علیہ الصلوۃ والسلام چلے گا غار دے وچ اوتے ایک چھوٹا جا کیڑا بیٹھا انہیں اللہ کی عرض کی تھی یا اللہ جنہاں نوں تسی پیار کردے ہو میرا بھی دل کردا میں بھی انہاں نوں پیار کراں اللہ کہ بسم اللہ تو بھی کر لے انہیں غار دے کے فوری فوری جالا بن دتا اوتے بھی مشرک تے کافر آ گئے ایک کندھ ہے ਇੱਥੋਂ ਤੱਕ ਨਕਸ਼ੇ ਕਦਮ ਮਾਲੂਮ ਹੋ ਰਹੇ ਨੇ ਅੱਗੋਂ ਨਹੀਂ ਪਤਾ ਲੱਗ ਰਿਹਾ ਖੋਰੇ ਕਿੱਧਰ ਗਏ ਨੇ ਅਤੇ ਕਹਿੰਦਾ ਘਰ ਵੱਲੋਂ ਵੇਖ ਲਓ ਅਤੇ ਕਹਿੰਦਾ ਘਰ ਵੱਲੋਂ ਕੀ ਵੇਖਣਾ ਹੈ ਅੱਗੇ ਜਾਲਾ ਸ਼ਹਾਦਤ ਦੇ ਰਿਹਾ ਘਰ ਵਿੱਚ ਕੁਝ ਨਹੀਂ ਜੇ ਅੰਦਰ ਗਏ ਹੁੰਦੇ ਤਾਂ ਜਾਲਾ ਤਾਂ ਅੱਗੋਂ ਟੁੱਟਾ ਹੁੰਦਾ ਅਤੇ ਉਹ ਜਿਹੜੇ ਕੀਲੇ ਨੇ ਉਹ ਜਿਹੜੇ ਕੀੜੇ ਨੇ ਜਾਲਾ ਬੁਣਿਆ ਸੀ ਨਾ ਉਹ ਮੁਸ਼ਰਿਕਾਂ ਦੀ ਅੱਖਾਂ ਚ ਅੱਖਾਂ ਪਾ ਕਹਿੰਦਾ ਸਾਕੀ ਨਾ ਜੋ ਵਾਲੇ